ਉਨ ਸਾਡੇ ਨਾਲ ਨੇ ਮਾਨਸਾ ਸਨਾਤਨ ਧਰਮ ਸਭਾ ਦੇ ਪ੍ਰਧਾਨ ਸਮੀਰ ਛਾਵੜਾ ਜੀ ਆਓ ਇਹਨਾਂ ਨਾਲ ਗੱਲ ਕਰਦੇ ਆ ਕਿ ਜੋ ਪੰਜਾਬੀ ਕਲਾਕਾਰ ਜੱਸੀ ਗਿੱਲ ਅਤੇ ਉਹਨਾਂ ਦੇ ਸਹਿ ਕਲਾਕਾਰ ਨੇ ਮਾਂ ਭਗਵਤੀ ਦੇ ਜਾਗਰਨ ਦੇ ਵਿੱਚ ਅਸ਼ਲੀਲ ਹਰਕਤਾਂ ਕੀਤੀਆਂ Hindu ਧਰਮ ਦਾ ਉਹਨਾਂ ਨੇ ਅਪਮਾਨ ਕੀਤਾ ਹੈ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਕੀ ਐਕਸ਼ਨ ਲੈਤਾ ਜਾ ਰਿਹਾ ਉਹਨਾਂ ਬਾਰੇ ਮੈਂ ਸਮੀਰ ਛਾਵੜਾ ਪ੍ਰਧਾਨ શ્રી ਸਨਾਤਨ ਧਰਮ ਸਭਾ ਮਾਨਸਾ ਪਹਿਲਾਂ ਵੀ ਅਸੀਂ ਕਈ ਵਾਰ ਚੇਤਾਵਨੀ ਦੇ ਚੁੱਕੇ ਹਾਂ ਜਿਹੜੀ ਇਹ ਨਵੀਂ ਪਿਕਚਰ ਕੱਢੀ ਐ ਜਿਹਦੇ ਵਿੱਚ ਜੱਸੀ ਗਿੱਲ ਦੇ ਇੱਕ ਨਾਮ ਦੇ ਕਲਾਕਾਰ ਨੇ Hindu ਜਾਗਰਨ ਦਾ માતા ਦੇ ਜਾਗਰਨ ਦਾ ਮਜ਼ਾਕ ਉਡਾਇਆ ਇਹਨੂੰ ਅਸੀਂ ਚੇਤਾਵਨੀ ਦਿੰਦੇ ਆ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਨਾ ਤਾਂ ਇਹ ਫਿਲਮ ਰਿਲੀਜ਼ ਹੋਣਤੀ ਹੋਊਗੀ ਤੇ ਜਿਹੜਾ ਥੀਏਟਰ ਇਹ ਫਿਲਮ ਨੂੰ ਰਿਲੀਜ਼ ਕਰੂਗਾ ਅਸੀਂ ਉਹ ਥੀਏਟਰ ਵੀ ਪੰਨਾਂਗੇ ਇਹ ਪਹਿਲਾਂ ਚੇਤਾਵਨੀ ਦਿੰਨਾ ਮੈਂ ਥੀਏਟਰ ਵਾਲੇ ਨੂੰ ਮਾਨਸਾ ਜ਼ਿਲ੍ਹੇ ਸਾਰਿਆਂ ਨੂੰ ਵੀ ਇਹਨਾਂ ਨੇ ਗੰਦ ਪਾਇਆ ਹੋਏਗਾ ਇਹ ਸਾਡੇ ਜਿਹੜੀਆਂ ਧਾਰਮਿਕ ਪਾਵਨ ਅਨੁਮਾਨਤ ਕਰ ਰਹੇ ਐ ਜੱਸੀ ਗਿੱਲ ਜਿਹੜਾ ਕਲਾਕਾਰ ਐ ਉਨੇ Hindu ਧਰਮ ਦੀ ਬੇਅਦਬੀ ਕੀਤੀ ਹੈ ਪਲੱਸ ਜਿਹੜੇ ਇਹਨਾਂ ਨਾਲ ਜਿਹੜੇ ਚੈਨਲ ਲੱਗੇ ਹੋਏ ਹੈਗੇ ਜਿਹੜੇ ਹੋਰ ਕਲਾਕਾਰ ਹੈ ਉਹਨਾਂ ਨੂੰ ਵੀ ਜਤਾਵਣੀ ਹੈ ਵੀ ਇਹੇ ਪਿਕਚਰ ਅਸੀਂ ਮਾਨਸਾ ਦੇ ਵਿੱਚ ਰਿਲੀਜ਼ ਨਹੀਂ ਹੋਣ ਦੇਵਾਂਗੇ ਬੀਤੇ ਸਮੇਂ ਤੋਂ ਧਾਰਨਾ ਚੱਲੀ ਆ ਰਹੀ ਹੈ ਕਿ Hindu ਧਰਮ ਜਾਂ Hindu ਧਰਮ ਦੇ ਲੋਕ ਬੜੇ ਸਹਿਨਸ਼ੀਲਤਾ ਵਾਲੇ ਹੁੰਦੇ ਹਨ ਇਹ ਮਾਫੀ ਦੇ ਦਿੰਦੇ ਹਨ ਪਰੰਤੂ ਅਗਰ ਕਿਸੇ ਹੋਰ ਧਰਮ ਨਾਲ ਅਹੇ ਜਹ ਹੁੰਦਾ ਤਾਂ ਉਹ ਧਰਮ ਦੇ ਲੋਕ ਉਹਨਾਂ ਨੂੰ ਬੜੀ ਹੀ ਕੱਟੜਤਾ ਦੇ ਨਾਲ ਤੇ ਉਹਨਾਂ ਨਾਲ ਬੜੀ ਸ਼ਕਤੀ ਨਾਲ ਪੇਸ਼ ਹੁੰਦੇ ਹਨ ਕਿ ਇਸ ਵਾਰ ਵੀ ਜੱਸੀ ਗਿੱਲ ਨੂੰ ਮਾਫੀ ਦੇ ਦਿੱਤੀ ਜਾਵੇਗੀ ਜਿੱਥੋਂ ਤੱਕ ਕੱਟੜਤਾ ਦਾ ਸਵਾਲ ਹੈ ਅਸੀਂ ਆਪਦੇ ਧਰਮ ਦੀ ਰੱਖਿਆ ਵਾਸਤੇ ਜੇ ਕੋਈ ਕਦਮ ਚੁੱਕਦਿਆਂ ਉਹ ਕੱਟੜ ਨਹੀਂ ਹੈਗਾ ਅਸੀਂ ਆ ਧਰਮ ਰੱਖਿਆ ਕਰਨ ਦਾ ਸਾਨੂੰ ਹੱਕ ਬੰਦ ਹੈ ਅਸੀਂ ਮਾਨਸਾ ਦੀ ਜਿੰਨੀਆਂ ਧਾਰਮਿਕ ਸੰਸਥਾਵਾਂ ਹੈ ਉਹਨਾਂ ਸਾਰਿਆਂ ਦਾ ਕੱਟ ਕਰਕੇ ਅਸੀਂ ਇਹਨਾਂ ਨੂੰ ਕੋਈ ਮਾਫੀ ਨਹੀਂ ਦੇਵਾਂਗੇ ਸਾਦਾ ਸਿੱਧਾ ਸਾਰੀ ਮਾਨਸਾ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਮੈਂ ਜ਼ਿੰਮੇਵਾਰੀ ਲੈਣਾ ਹੈ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਇਸ ਦੀ ਪਿਕਚਰ ਨਾ ਰਿਲੀਜ਼ ਹੋਣ ਦਿੱਤੀ ਜਾਏਗੀ ਤੇ ਨਾ ਹੀ ਕਿਸੇ ਥੀਏਟਰ ਚੱਲਣ ਦੇਵਾਂਗੇ ਜੇ ਕੋਈ ਥੀਏਟਰ ਵਾਲਾ ਐਸੀ ਪਿਕਚਰ ਲਾਊਗਾ ਤਾਂ ਉਹ ਆਵੇ ਥੀਏਟਰ ਦਾ ਆਪ ਜ਼ਿੰਮੇਵਾਰ ਹੋਊਗਾ ਕਿ ਕੋਈ ਪਰਚਾ ਵਗੈਰਾ ਵੀ ਤੁਸੀਂ ਜੱਸੀ ਗਿੱਲ ਜੀ ਉਹਨਾਂ ਦੀ ਜੋ ਪਿਕਚਰ ਦੀ ਪੂਰੀ ਟੀਮ ਹੈ ਉਹਨਾਂ ਤੇ ਦਰਜ ਕਰਾ ਲਿਆ ਸਾਡੇ ਮਾਨਸਾ ਦੀਆਂ ਧਾਰਮਿਕ ਸੰਸਥਾਵਾਂ ਦੀ ਮੀਟਿੰਗ ਰੱਖੀ ਜਾਊਗੀ ਜੋ ਸਾਡੀ ਧਾਰਮਿਕ ਸੰਸਥਾਵਾਂ ਵੱਲੋਂ ਹਿੰਦੂ ਧਰਮ ਵਾਲੀਆਂ ਜੋ ਪਾਸ ਹੋ ਅਸੀਂ ਉਹ ਸਿਰੇ ਤੱਕ ਜਾਵਾਂਗੇ ਸਾਨੂੰ ਜੇ ਪੰਜਾਬ ਲੈਵਲ ਤੱਕ ਕੋਈ ਕਾਲ ਆਉਂਦੀ ਹੈ ਸਾਰੇ ਸਨਾਤਨ ਧਰਮ ਪੰਜਾਬ ਵੱਲੋਂ ਤਾਂ ਅਸੀਂ ਉਹਦੇ ਫੁੱਲ ਚੜਾਵਾਂ ਹੁਣ ਸਾਡੇ ਨਾਲ ਨੇ ਪੁਜਾਰੀ ਜੀ ਸਨਾਤਨ ਧਰਮ ਸਮਾ ਮੰਦਿਰ ਲక్ష్ਮੀ ਨਰ ਮੰਦਰ ਦੇ ਪੁਜਾਰੀ ਜੀ ਜੋ ਇਹ ਹਰਕਤ ਪੰਜਾਬੀ ਕਲਾਕਾਰ ਜੱਸੀ ਗਿੱਲ ਅਤੇ ਉਹਨਾਂ ਦੇ ਸਹਿਯੋਗੀ ਕਲਾਕਾਰਾਂ ਨੇ ਮਹਾਮਾਈ ਭਗਵਤੀ ਦੇ ਜਾਗਰਨ ਦੇ ਵਿੱਚ ਅਸ਼ਲੀਲ ਹਰਕਤਾਂ ਕੀਤੀਆਂ ਤੇ दारू ਦੀ ਬੋਤਲ ਤੱਕ ਦਿਖਾਈ ਗਈ ਹੈ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਇਹਨਾਂ ਇਸ ਦੇ ਵਿੱਚ ਐਸਾ ਹੈ ਬਿਸਨਾਤਨ ਧਰਮ ਇੱਕ ਬਹੁਤ ਆਦੀ ਧਰਮ ਹੈ પ્રાਚਨ ਧਰਮ ਹੈ ਬਡੇ ઋષਿ ਮੁਨੀ ਮਹਾਤਮਾ ਦਾ ਇਸ ਦੇ ਵਿੱਚ ਅਵਤਾਰ ਹੋਇਆ ਭਗਵਤੀ ਮਹਾਮਾਇਆ ਦਾ ਜੋ ਅਵਤਾਰ ਹੋਇਆ ਉਹ ਦੁਸ਼ਟਾਂ ਦੇ ਸੰਘਾਰ ਦੇ ਲਈ ਹੋਏ ਅੱਜ ਦਾ ਜੋ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਇਹ ਭਗਵਤੀ ਨੂੰ ਮਹਾਮਾਇਆ ਨੂੰ ਆਵਾਹਨ ਕਰ ਰਿਹਾ ਹੈ ਕਿ हे ਭਗਵਤੀ ਮਹਾਮਾਇਆ ਤੇਰੇ ਜਾਗਰਣ ਦੇ ਵਿੱਚ ਐਸਾ ਕੋ ਕਰਮ ਹੋ ਰਿਹਾ ਹੈ ਤਾਂ ਉਸ ਦੇ ਆਵਾਹਨ ਦੇ ਲਈ ਉਹਨਾਂ ਨਮੰਤਰਣ ਆ ਰਹੇ ਹੈ ਭਗਤੀ ਮਹਾਮਾਇਆ ਐਸੀ ਸਰਵਸ਼ਕਤੀ ਹੈ ਕਿ ਨਾ ਦੁਸ਼ਟਾਂ ਨੂੰ ਆਪ ਹੀ ਸੰਘਾਰ ਕਰ ਸਕਦੀ ਹੈ ਪਰ ਫਿਰ ਵੀ ਅਸੀਂ Hindu ਧਰਮ ਦੇ ਉਨਿਆਈ ਹੋਣ ਦੇ ਨਾਤੇ ਸਾਰੇ Hindu ਧਾਰਮਿਕ ਸੰਸਥਾਵਾਂ ਨੂੰ ਜਿੰਨੇ ਵੀ ਸਾਡੇ ਮੌਜੂਦ ਤਰੰਦਰ ਦੇ ਆਗੂ ਹੈ ਉਹਨਾਂ ਸਭ ਨੂੰ ਅਪੀਲ ਕਰਦੇ ਆ ਕਿ ਸਾਰੇ ਆਪਾਂ ਮਿਲ ਕਰਕੇ ਇਸ ਦੁਸ਼ਟ ਦਾ ਇਸ ਕੋ ਕਰਮੀ ਦਾ ਵਿਰੋਧ ਕਰੀਏ ਜਿੰਨਾ ਤੱਕ ਹੋ ਸਕੇ ਆਪਾਂ ਇਸ ਦਾ ਬਾਈਕਾਟ ਕਰੀਏ ਬਿਲਕੁਲ ਬਿਲਕੁਲ ਐਮਐਮ ਨਿਊਜ਼ ਮਾਨਸਾ ਦੀ ਟੀਮ ਵੀ ਸਮੂਹ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹਮੇਸ਼ਾ ਅਪੀਲ ਕਰਦੀ ਹੈ ਕਿ ਹਰ ਧਰਮ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਚਾਹੇ ਉਹ Hindu ਧਰਮ ਹੈ ਚਾਹੇ Sikh ਹੈ ਚਾਹੇ Muslim ਹੈ ਚਾਹੇ Buddhist ਹੈ ਕਿਸੇ ਵੀ ਧਰਮ ਦਾ અપਮਾਨ ਕਿਸੇ ਵੀ ਸ਼ਾਸਤਰ ਵਿੱਚ ਨਹੀਂ ਲਿਖਿਆ ਗਿਆ ਪਰੰਤੂ ਅਗਰ ਕੋਈ ਸਮਾਜ ਵਿਰੋਧੀ ਅੰਸਰ ਉਸ ਨੂੰ ਅਝਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅਜੇਹੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਐਗਜ਼ਾਮਪਲ ਪੇਸ਼ ਕੀਤੀ ਜਾਵੇ ਮੈਂ ਜੀਵਨ ਮੀਰਪੁਰੀਆ ਐਮਐਮ ਨਿਊਜ਼ ਮਾਨਸ